हाँ जी, आज तो आंदे आंदे काफी सेहत खराब हो गई तेरी ते। क्योंकि बाकी टाइम थोड़ा सी होना ते बाकी तो और कोई चीज पकदी नहीं। चलो कबीर से रोंदा भिंडियां खानियां ने सुबह दूसरा चूल्हा लाने हूँ चेक करके ना। जिन्हां कोल गैस नहीं भरांदे उन्हां कोल चूल्हे का पता किया सी 3500, 4000, 4500 और दूसरे जड़े हैं वो एवें दे एवें दा उन्हां कोल आई कोई नहीं सी एवें दा सिर्फ इहदे कोल ही सी। हौले ने वो ते इहदे कोल जड़े हौले सन इह वो सस्ते कहिंदा सी इत्थे तां ही तैनूं कहा सी ना वी इहदे कोल दुबारा जाणा पैणा। नखरे तो दिखाने से ना भी वापस आ गए मेरे को बालन लिया करा गे मुल इतना जरा ना डके लभ जाते आ रहे आड़िया को चलो कुछ हिसाब लगे गए ने। चलो सही है हाँ रोटियां बनाओ तो बच्चों भी देिए तो आप भी खाइए तो बाकी बच्चे भी टाइम नाल सौन फिर आई दी तो मोटरसाइकिल आते तो फिर अल्लाह तला की जात जिथे रखे इंसान उ खुश रहना चाहिए कोई चूड़ियां छन छन कर दिया पिया है ना वे दोनों हाथों से चूड़ियां छन छन कर रही आई से नहीं एक रेड रेड नहीं एक हर सूट के मैच हो जाती है ना बिच मुख्तलिफ कलर ने चलो जो दो दिन हाथ जो चूड़ियां छन छन कर चलो सही हूं तो सुबह खलारा पा के बैठी किचन च बाल्टियां चीजां पानी है हर चीज खिलारी पई है तरतीब सिद्धि कर रही है इन्हां दी।
ਇਸਤੇਮਾਲ ਆਪ ਹੀ ਕਰਨੀ ਹੈ ਤੇ ਆਪ ਹੀ ਕਰਨੀ ਸੀ ਜੀ ਹੋਰ ਕਿਨੇ ਕਰਨੀ ਹੈ ਜਿਸ ਤਰ੍ਹਾਂ ਨਾਨੀ ਨੂੰ ਕਹਿੰਦੀ ਸੀ ਮੈਮ ਅਸੀਂ ਇਹੀ ਖਾ ਲੈਣਾ ਓਕੇ ਵੀ ਦਿੰਦੇ ਨੇ ਸ਼ਹਿਰ ਵਾਲੇ ਚੀਜ਼ਾਂ ਵੀ ਸਾਰੀਆਂ ਇੱਕ ਦੁਕਾਨ ਤੇ ਲਿਆਂਦੀਆਂ ਪੱਕੇ ਮਾਰ ਮਾਰ ਖਾਂਦੇ ਕੱਲੀ ਚਾਹ ਨਾਲ ਤੇ ਨਹੀਂ ਮੁੱਕਦੀ ਮੈਨੂੰ ਗੱਡੀ ਜਾ ਕੇ ਦੱਸੀ ਮੰਮਾ ਜੀ ਨਾਨੀ ਕੋ ਹੋਣਾ ਦੇ ਕਰਕੇ ਮੈਂ ਇੰਨਾ ਗੁੜ ਪਿਆ ਸੀ ਲੈ ਲਿਆ ਤੇ ਫਿਰ ਮੈਂ ਦੱਸ ਕੇ ਆਈ ਸੀ ਹਾਂ ਤੋ ਗੱਡੀ ਦੇ ਫਰ ਇੰਨਾ ਗੁੜ ਲੈ ਲਿਆ ਇਹ ਬੰਦ ਕੇ ਨਾਲ ਖਾਣਾ ਲੱਗਦਾ ਚਲੋ ਰੱਖ ਲਓ ਫਿਰ ਇਸ ਚੀਜ਼ਾਂ ਜਿਹੜੀਆਂ ਨੇ ਅੱਛਾ ਜੀ ਉੱਧਰ ਗਏ ਸੀ ਆਪਣੇ ਪੇਕਿਆਂ ਦੇ ਨਾਲ ਮੈਨੂੰ ਲੈ ਕੇ ਗਈ ਸੀ ਅਤੇ ਹੁਣ ਆ ਗਏ ਹਾਂ ਉੱਥੋਂ ਅਤੇ ਹੁਣ ਸਾਰਾ ਮਿੱਟੀ ਘੱਟਾ ਗੰਦ ਕਚਰਾ ਸੀ ਅਤੇ ਹੁਣ ਬੇਗਮ ਸਾਹਿਬਾ ਜੀ ਅਤੇ ਮੈਂ ਕਢਾਉਣਾ ਪਵਿੱਤ ਮੈਂ ਤੈਨੂੰ ਲੈ ਗਿਆ ਮੈਂ ਤਾਂ ਇਹੀ ਕਹਿ ਰਿਹਾ ਵੀ ਤੂੰ ਮੈਨੂੰ ਲੈ ਕੇ ਗਈ ਤੇ ਤੂੰ ਹੀ ਲੈ ਕੇ ਗਈ ਸੀ ਨਾ ਮੈਨੂੰ ਰਾਸਤਾ ਜੇ ਨਹੀਂ ਸੀ ਆਉਂਦਾ ਤੇ ਆ ਗਿਆ ਹੁਣ ਤੇ ਹਨੇਰੀਆਂ ਸ਼ੇਰੀਆਂ ਮਿੱਟੀ ਘੱਟਾ ਸੀ ਤਾਂ ਬੇਗਮ ਸਾਹਿਬਾ ਬੜੀ ਮਿਹਨਤ ਕਰ ਰਹੀ ਹੈ ਅਤੇ ਸਫਾਈ ਸਫੂਈ ਕਰ ਰਹੀ ਹੈ ਸਫਾਈ ਸਫੂਈ ਕਰ ਰਹੀ ਹੈ ਅੱਜ ਸਾਰੇ ਫਰਸ਼ ਧੋ ਰਹੀ ਹੈ ਅੱਜ ਜੁੱਤੀਆਂ ਜੁੱਤੀਆਂ ਹਰ ਸ਼ੈ ਧੋ ਧੋ ਕੇ ਚਮਕਾਈ ਆਉਂਦੀ ਹੈ ਹਰ ਸ਼ੈ ਨੂੰ ਅੱਜ ਕਿਉਂਕਿ ਥੱਲੇ ਕਾਫੀ ਮਿੱਟੀ ਇਕੱਠੀ ਹੋਈ ਸੀ ਸੇਨ ਦੇ ਵਿੱਚ ਵੀ ਅਸੀਂ ਕਮਰਿਆਂ 'ਚ ਅਤੇ ਝਾੜੂ ਲਗਾਇਆ ਅਤੇ ਹੁਣ ਜਿਹੜਾ ਨਾ ਸਫਾਈ ਕਰ ਰਹੀ ਹੈ ਅਤੇ ਉਂਝ ਵੀ ਬੜੀ ਖੁਸ਼ ਹੈ ਮੇਰਾ ਦਿਮਾਗ ਨੂੰ
ਚਲੋ ਠੀਕ ਹੈ, ਤੂੰ ਧੋ ਲਾ ਫਰਸ਼ ਫਰਸ਼। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਬੱਚੇ ਸਾਡੇ ਸਕੂਲੋਂ ਪੜ੍ਹ ਕੇ ਆ ਗਏ ਨੇ, ਵੀ ਬੱਚਿਆਂ ਨੇ ਵਰਦੀਆਂ ਵੀ ਨਹੀਂ ਉਤਾਰੀਆਂ, ਬੱਚਿਆਂ ਲੱਗ ਗਈ ਹੈ ਭੁੱਖ। ਸਹੀ ਕਾਹਦੇ ਨਾਲ ਕਰਾ ਹੁਣ ਇਹਨਾਂ ਨੂੰ? ਬੜੇ ਖਰਾਬ ਹੋ ਗਏ ਬੱਚੇ ਸਾਡੇ, ਸਾਨੂੰ ਪਤਾ ਚੱਲ ਗਿਆ ਹੁਣ। ਇਹ ਤਾਂ ਕਾਹਦੇ ਨਾਲ ਸਹੀ ਹੋਣਗੇ? ਨੇ ਤਰਬੂਜ਼ ਖਾ ਕੇ ਸਹੀ ਹੋ ਜਾਣਗੇ? ਹੋਰ ਖਰਾਬ ਹੋ ਜਾਣ। ਤੇ ਉਹ ਜਿੱਧਰ ਨਹੀਂ ਸੀ ਚੁੱਲ੍ਹਾ ਲੈਣ ਗਏ? ਹਾਂਜੀ। ਉਧਰ ਵੀ 100 ਦੇ 2 ਦਾਣੇ ਸੀ। ਅੱਛਾ। ਹੋਰ ਮੈਂ ਕਿਹਾ, ਮੈਂ ਕਹਿੰਦੀ ਤੋ ਰਕਸ਼ਾ ਲੈ ਕੇ ਅੱਗੇ ਭਾਈ ਚਲਾ ਗਿਆ। ਤੇ 100 ਦਾ ਇੱਕ? ਹਾਂ, ਉਹ 100 ਦੇ 2 ਦਾਣੇ ਸੀ। ਪਹਿਲੇ ਕੱਟ ਦੋ ਨਾ, ਫਿਰ ਨਮਕ ਪਾ ਕੇ ਖਾਇਓ। ਚਲੋ ਖਾਈ ਜਾਓ ਫਿਰ। ਜਿਹੜੇ ਹੋਈ ਖਰਾਬ ਜ਼ਿਆਦਾ ਕੌਣ ਖਰਾਬ ਹੋਇਆ? ਇਹਦੇ ਨਾਲ ਵਰਦੀ ਕੌਣ ਖਰਾਬ ਕਰਦਾ ਪਿਆ? ਦਿਆ ਇਹਨਾਂ ਜਿਹੜਾ ਭਾਈ ਜਾਨ ਚਲੋ ਖਾ ਲਓ, ਜਿੰਨੇ ਦਿਨ ਪਾਪਾ ਤੁਹਾਡੇ ਘਰ ਚਸਕੇ ਲਾ ਲਓ, ਫਿਰ ਬਾਅਦ ਚ ਤੇ ਮਾਂ ਦੇ ਹੱਥ ਚੜ੍ਹਨਾ। ਇਸ ਤਰ੍ਹਾਂ ਹੀ ਹੈ ਨਾ, ਨਹੀਂ ਜਿਹੜੇ ਫਿਰ ਖਰਾਬ ਹੁੰਦੇ ਉਹ ਸਹੀ ਹੋ ਜਾਂਦੇ। ਕਿਸ ਦਿਨ ਸਹੀ ਹੁੰਦੇ ਨੇ? ਕਹਿੰਦਾ ਜਿਸ ਦਿਨ ਪਾਪਾ ਨੇ ਵਾਪਸ ਚਲੇ ਜਾਣਾ ਉਸ ਦਿਨ ਅਸੀਂ ਠੀਕ ਹੋ ਜਾਣਾ। ਤੇ ਜਿਸ ਦਿਨ ਮੈਂ ਚੱਲਾ ਗਿਆ ਫਿਰ ਤੁਸੀਂ ਠੀਕ ਹੋ ਜਾਓਗੇ? ਦਰਸੋ ਛੁੱਟੀ ਕਿਹਨੇ ਕਿਹਾ ਦਰਸੋ ਛੁੱਟੀ?